550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਿੱਖ ਸੰਗਤਾਂ ਦੇ ਜਥੇ ਪਾਕਿਸਤਾਨ ਦੇ ਸ਼੍ਰੀ ਕਰਤਾਰਪੁਰ ਸਾਹਿਬ 'ਚ ਦਰਸ਼ਨਾਂ ਦੇ ਲਈ ਪਹੁੰਚ ਰਹੇ ਨੇ। ਇਸੇ ਤਹਿਤ ਹੀ USA ਤੋਂ ਵੀ ਸਿੱਖ ਸੰਗਤਾਂ ਦਾ ਜਥਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਿਆ ਹੋਇਆ, ਜਿਨ੍ਹਾਂ ਦੇ ਨਾਲ ਸਾਡੇ ਪੱਤਰਕਾਰ ਹਰਮੀਤ ਸਿੰਘ ਦੇ ਵੱਲੋਂ ਗੱਲਬਾਤ ਕੀਤੀ ਗਈ। ਕੁਛ ਸਾਡੇ ਮਹਿਮਾਨ ਆਏ ਨੇ, US ਤੋਂ ਆਏ ਨੇ, ਉਹਨਾਂ ਤੋਂ ਪੁੱਛਦੇ ਹਾਂ ਕਿ ਪਾਕਿਸਤਾਨ ਆ ਕੇ ਦਰਬਾਰ ਸਾਹਿਬ ਆ ਕੇ ਕਰਤਾਰਪੁਰ ਰਾਹਦਾਰੀ ਦੀ ਜਿਹੜੀ ਗੱਲ ਕੀਤੀ ਜਾ ਰਹੀ ਸੀ ਪਾਕਿਸਤਾਨ ਦੇ ਹਵਾਲੇ, ਇੰਡੀਆ ਦੇ ਹਵਾਲੇ, ਜਿਹੜੇ ਡੇਰਾ ਬਾਬਾ ਨਾਨਕ ਤੋਂ ਦੂਰਬੀਨਾਂ ਤੋਂ ਦਰਸ਼ਨ ਕਰਦੇ ਸਨ, ਅੱਜ ਉਹ ਬੜੀ ਆਸਾਨੀ ਨਾਲ ਇੱਥੇ ਆ ਸਕਦੇ। ਪਾਕਿਸਤਾਨ ਆ ਕੇ ਤੁਸੀਂ US ਤੋਂ ਆਇਓ, ਪਾਕਿਸਤਾਨ ਆ ਕੇ ਤੁਹਾਨੂੰ ਕੋਈ ਇਨਸਿਕਿਉਰਿਟੀ ਜਾਂ ਕੋਈ ਤੁਹਾਨੂੰ ਕੋਈ ਡਿਫਰੈਂਟ ਫੀਲ ਹੋਇਆ? ਬਾਬਾ ਜੀ ਦੀ ਧਰਤੀ ਜਿਹੜੀ ਹੈ ਹਮੇਸ਼ਾ ਅਮਨ ਔਰ ਭਾਈਚਾਰੇ ਦਾ ਪੈਗਾਮ ਜਿਹੜਾ ਇੱਥੋਂ ਹੀ ਬੁਲੰਦ ਹੋਇਆ, ਅਤੇ ਇੱਥੇ ਆ ਕੇ ਜਿਹੜਾ ਮਨ ਨੂੰ ਸਕੂਨ ਮਿਲਦਾ, ਤੁਹਾਨੂੰ ਤੁਹਾਡੀ ਜਿਹੜੀ ਫੀਲਿੰਗ ਹੈ ਉਹ ਸਾਡੇ ਦਰਸ਼ਕਾਂ ਨੂੰ ਦੱਸੋ। ਵਾਹਿਗੁਰੂ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਾਡਾ ਸੁਭਾਗ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਦਰਸ਼ਨ ਬਖਸ਼ੇ ਨੇ, ਯੂਨੋ ਇਹ ਸਾਡੇ ਗੁਰੂਆਂ ਦੀ ਧਰਤੀ ਹੈ, ਅਤੇ ਜਿੰਨੀ ਪਾਕਿਸਤਾਨ ਸਰਕਾਰ ਨੇ ਸੇਵਾ ਕੀਤੀ ਹੈ ਸਾਡੇ ਗੁਰਦੁਆਰਾ ਸਾਹਿਬਾਂ ਦੀ, ਉਹ ਸਰਾਹਣਯੋਗ ਹੈ। ਯੂਨੋ ਸਾਨੂੰ ਇੱਕ ਪਲ ਵੀ ਇਹੋ ਜਿਹਾ ਫਰਕ ਨਹੀਂ ਲੱਗਿਆ ਕਿ ਸਾਨੂੰ ਕੋਈ ਸਿਕਿਉਰਿਟੀ ਦਾ ਇਸ਼ੂ ਹੈ, ਅਸੀਂ ਇੱਦਾਂ ਹੀ ਫੀਲ ਕਰਦੇ ਹਾਂ ਜਿਵੇਂ ਅਸੀਂ ਆਪਣੇ ਘਰ ਦੇ ਵਿੱਚ ਬੈਠੇ ਹਾਂ। ਅਤੇ ਲੋਕ ਇੰਨੇ ਪਿਆਰ ਨਾਲ, ਅਸੀਂ ਏਅਰਪੋਰਟ 'ਤੇ ਉਤਰੇ ਹਾਂ, ਮੈਂ ਅਤੇ ਮੇਰੇ ਮੰਮੀ ਅਸੀਂ ਏਅਰਪੋਰਟ 'ਤੇ ਉਤਰੇ ਹਾਂ, ਅਤੇ ਉਹਨਾਂ ਨੇ ਸਾਨੂੰ ਜੱਫੀਆਂ ਪਾ ਕੇ ਯੂਨੋ ਸਾਨੂੰ ਪਿਆਰ ਕੀਤਾ। ਅਤੇ ਬਾਬਾ ਜੀ ਦੀ ਹਰ ਇੱਕ ਦੀ ਜਿਹੜੀ ਦਿੱਲੀ ਖਾਹਿਸ਼ ਹੁੰਦੀ ਹੈ ਕਿ ਮੇਰੀ ਵੀ ਖਾਹਿਸ਼ ਆ ਕਿ ਮੈਂ ਜਾਵਾਂ, ਮੱਥਾ ਟੇਕਾਂ, ਅੰਮ੍ਰਿਤਸਰ ਜਾਵਾਂ, ਜਿੰਨੇ ਵੀ ਸਾਡੇ ਦਰਬਾਰ ਸਾਹਿਬ ਹੈ ਉੱਥੇ ਜਾ ਕੇ ਡੇਰਾ ਬਾਬਾ ਨਾਨਕ ਜਾਵਾਂ। ਤੁਹਾਡੀ ਵੀ ਖਾਹਿਸ਼ ਸੀ ਇੱਥੇ ਆ ਕੇ ਪਾਕਿਸਤਾਨ ਦੀ ਧਰਤੀ ਦੇ ਹਵਾਲੇ ਸੀ ਗੱਲ ਕਰਾਂ, ਮਾਤਾ ਸਾਹਿਬ ਕੌਰ ਜੀ ਦਾ ਜਨਮ ਸਥਾਨ ਇੱਥੇ ਹੈ, ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਇੱਥੇ ਹੈ, ਤਾਂ ਤੁਸੀਂ ਬੜੇ ਯੰਗ ਮੈਂ ਵੇਖ ਰਿਹਾ ਕਿ ਇੱਕ ਖਾਹਿਸ਼ ਹੁੰਦੀ ਹੈ, ਅਤੇ ਇਸ ਉਮਰ 'ਚ ਵੀ ਤੁਸੀਂ ਆ ਕੇ ਤੁਹਾਨੂੰ ਇੱਕ ਧਰਤੀ ਜਿਹੜੀ ਹੈ ਖਿੱਚ ਲਈ ਆਈ ਹੈ, ਅਤੇ ਕੀ ਪੈਗਾਮ ਦੇਣਾ ਚਾਹੋਗੇ ਤੁਸੀਂ ਤੁਹਾਡੇ ਜਿਹੜੇ ਉੱਥੇ ਰਹਿੰਦੇ ਆ US ਵਿੱਚ ਯੰਗਸਟਰ ਨੇ, ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ? ਦੇਖੋ, ਮੇਰੇ ਮਾਤਾ ਜੀ ਦੀ ਜਿਹੜੀ ਇਹ ਜਨਮ ਭੂਮੀ ਹੈ, ਉਹਨਾਂ ਦਾ ਬਰਥ ਇੱਥੇ ਹੋਇਆ ਸੀਗਾ, ਹੈ ਨਾ, ਅਤੇ ਸ਼ੁਰੂ ਤੋਂ ਹੀ ਮੈਨੂੰ ਇਹ ਅਸੀਂ ਸਿੱਖੀ ਦੇ ਵਿੱਚ ਵੀ ਅਸੀਂ ਅਰਦਾਸ ਕਰਦੇ ਹਾਂ ਰੋਜ਼, ਸਾਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਬਖਸ਼ੋ, ਖੁੱਲ੍ਹੇ ਦਰਸ਼ਨ ਬਖਸ਼ ਦਿਓ, ਖੁੱਲ੍ਹੇ ਦਰਸ਼ਨ ਬਖਸ਼ੋ। ਅਤੇ ਅਸੀਂ ਮੈਂ ਇਹੀ ਪੈਗਾਮ ਦੇਣਾ ਚਾਹੂੰਗਾ ਵੀ ਜ਼ਰੂਰ ਆਓ, ਇੱਥੇ ਕੋਈ ਅਨਸੇਫ ਨਹੀਂ ਹੈਗਾ, ਇੱਥੇ ਜੁਰੂ ਹੋਮ ਆ ਕੇ ਆਓ, ਐਵ ਹਰੇਕ ਸਾਲ ਆਓ, ਬਿਕੋਜ਼ ਇੱਥੋਂ ਦੀ ਸਰਕਾਰ ਨੇ ਬਹੁਤ ਬੰਦੋਬਸਤ ਕੀਤੇ ਹੋਏ ਨੇ, ਕੋਈ ਤੁਹਾਨੂੰ ਸੇਫਟੀ ਦਾ ਇਸ਼ੂ ਨਹੀਂ ਹੈਗਾ, ਕੋਈ ਤੁਹਾਨੂੰ ਕੰਸਰਨ ਨਹੀਂ ਹੈਗਾ, ਬਿਕੋਜ਼ ਤੁਸੀਂ ਇਹ ਇੱਦਾਂ ਫੀਲ ਹੁੰਦਾ ਜਿਵੇਂ ਤੁਸੀਂ ਆਪਣੇ ਘਰ 'ਚ ਬੈਠੇ ਹੋ। ਇੱਕ ਹੋਰ ਆਖਰੀ ਸਵਾਲ ਤੁਹਾਡੇ ਕੋਲ ਕਰਾਂਗਾ, ਕਰਤਾਰਪੁਰ ਰਾਹਦਾਰੀ ਜਿਹੜੀ ਖੁੱਲ੍ਹੀ ਆ, ਪਹਿਲੇ ਬਾਰਡਰ ਤੋਂ ਬੜਾ ਮੁਸ਼ਕਿਲ ਹੁੰਦਾ ਸੀ ਵਾਹਗਾ ਬਾਰਡਰ ਤੋਂ ਇੱਥੇ ਆ ਕੇ, ਅੱਜ ਤਕਰੀਬਨ 4 ਕਿਲੋਮੀਟਰ ਦਾ ਹੀ ਰਸਤਾ ਆ, ਅੱਜ ਜਿਹੜਾ ਪ੍ਰੋਜੈਕਟ ਹੈ ਜਿਹੜਾ ਤੁਸੀਂ ਵੇਖ ਰਹੇ ਹੋ, ਮੈਂ ਪਹਿਲੇ ਆਉਂਦਾ ਸੀ 4 ਏਕੜ ਦੀ ਜ਼ਮੀਨ ਵਿੱਚ ਸੀ, ਅੱਜ ਤਕਰੀਬਨ 400 ਏਕੜ ਹੋ ਗਿਆ। ਕੀ ਲੱਗਾ ਤੁਹਾਨੂੰ, ਕੋਈ ਤੁਸੀਂ US ਵਿੱਚ ਰਹਿੰਦੇ ਹੋ ਲੇਕਿਨ ਖੁਸ਼ੀ ਮਹਿਸੂਸ ਕਰਦੇ ਹੋ ਕਿ ਜਿਹੜੇ ਭਰਾ ਸਾਡੇ ਉੱਥੇ ਰਹਿੰਦੇ ਨੇ ਉਹ ਇੱਥੇ ਆ ਕੇ ਬੜੀ ਆਸਾਨੀ ਸਨ, ਕੀ ਫੀਲਿੰਗ ਹੈ ਤੁਹਾਡੀ? ਇੰਨੀ ਵਧੀਆ ਫੀਲਿੰਗ ਹੈ, ਦੱਸ ਵੀ ਸਕਦੇ ਆ, ਦੱਸ ਸਾਡਾ ਦਿੱਲੀ ਜਾਣ ਦਾ ਦੱਸ ਹੀ ਨਹੀਂ ਜਾ ਸਕਦੀ। ਬਿਲਕੁਲ, ਬੜੀ ਸੋਹਣੀ ਗੱਲ ਮਾਤਾ ਜੀ ਨੇ ਕੀਤੀ ਕਿ ਦੱਸ ਨਹੀਂ ਸਕਦੇ ਕਿ ਕਿੰਨੀ ਫੀਲਿੰਗ ਹੈ, ਕਿੰਨੀ ਖੁਸ਼ੀਆਂ ਹੈ, ਕਿਉਂ ਜਜ਼ਬਾਤ ਜਿਹੜੇ ਹਨ, ਮਾਤਾ ਜੀ ਕਹਿ ਰਹੀ ਹੈ ਕਿ ਜਿਹੜੇ ਜਜ਼ਬਾਤ ਹਨ ਉਹ ਦੱਸ ਨਹੀਂ ਸਕਦੇ, ਲੇਕਿਨ ਬਾਬਾ ਜੀ ਦੀ ਧਰਤੀ ਬੜੇ ਜਿਹੜੇ ਕਾਟੀ ਲੋਕ ਹੈ, ਬੜੇ ਲੱਕੀ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਨਸੀਬ ਹੁੰਦੇ ਇੱਥੇ ਆ ਕੇ ਉਹ ਮੱਥਾ ਟੇਕਦੇ ਨੇ, ਉਹ ਸ਼ਰਧਾ ਨਾਲ ਆਉਂਦੇ ਨੇ, ਅਤੇ ਸਾਡੀ ਖਾਹਿਸ਼ ਆ ਕਿ ਜਿੰਨੇ ਵੀ ਸਾਡੇ ਸਿੱਖ ਪ੍ਰਾਣ ਜਿਹੜੇ ਬਾਬਾ ਜੀ ਨਾਲ ਸ਼ਰਧਾ ਰੱਖਦੇ ਨੇ, ਉਹ ਚਾਹੇ ਹਿੰਦੂ ਪ੍ਰਾਣ, ਮੁਸਲਿਮ ਪ੍ਰਾਣ, ਚਾਹੇ ਜਿਹੜੇ ਵੀ ਹਨ, ਉਹ ਆਵਣ ਇੱਥੇ ਮੱਥਾ ਟੇਕਣ, ਬਾਬਾ ਜੀ ਦੀ ਧਰਤੀ ਆ ਕੇ ਜਿਹੜਾ ਮਨ ਨੂੰ ਸ਼ਾਂਤੀ ਮਿਲਦੀ ਹੈ, ਜਿਹੜਾ ਮਨ ਨਿਹਾਲ ਹੁੰਦਾ, ਉਹ ਦੱਸਣਾ ਬੜਾ ਮੁਸ਼ਕਿਲ ਹੁੰਦਾ, ਲੇਕਿਨ ਉਹ ਜੋ ਫੀਲਿੰਗ ਹੁੰਦੀਆਂ ਉਹ ਬੜੀ ਕਮਾਲ ਦੀਆਂ ਹੁੰਦੀਆਂ ਅਤੇ ਬੜੇ ਅਜ਼ੀਮ ਹੁੰਦੀਆਂ। ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਤੋਂ ਦੈਨਿਕ ਸਵੇਰਾ ਦੇ ਲਈ ਹਰਮੀਤ ਸਿੰਘ ਦੀ ਰਿਪੋਰਟ।